गुड मॉर्निंग स्टूडेंट्स, आज असी सुनहरी सवेर पंजाबी पाठमाला पाग 7 विच दर्ज कहानी जो बीजोगे ओही पाओगे पाठ 5 पढ़ांगे। हाँ जी बच्चियो, कहानी जो बीजोगे ओही पाओगे दा अर्थ है कोई भी इंसान जेहो जेही कर्म करता है उसनू ओहो जिहा ही फल मिलता है। इसलिए बच्चियो, हर इंसान नू चंगे कर्म करने चाहिंदे हन। हुण मैं तुहाडी इस कहानी विचले पात्रां नाल जाण पछाण करावांगी। इस कहानी विच एक किसान है अते उसदे दो पुत्तर हन, वड्डा पुत्तर अते छोटा पुत्तर, जो कि इस कहानी दे मुख पात्र हन। इस कहानी विच एक चिड़ी दा जिक्र भी आया है। हुण बच्चियो, मैं तुहानूं इस कहानी दी समरी सुनावांगी। इस कहानी विच एक किसान अपने दो पुत्रां दे नाल पिंड विच रहिंदा सी। किसान दा छोटा पुत्तर बहुत मेहनती ते कोमल दिल वाला सी, परंतु इसदे उल्ट उसदा वड्डा पुत्तर बहुत हंकारी सी। किसान हमेशा अपने पुत्रां नू रल मिल के रहन दा उपदेश दिंदा। फिर एक दिन किसान बीमार रहन तो बाद मर जांदा है। वड्डे भरा ने पिता दे अंतम संस्कार करन तो बाद छोटे भरा नू घर तो बाहर कढ दिता, परंतु छोटे भरा ने दिन रात मेहनत करके चंगा धन कमा लिया। फिर एक साल वर्खा ना होन कारण उसकी झोने की फसल मर जाती है, जिस कारण उसका परिवार भुख नाल तड़फन लगता है। तो वह अपने वड्डे भरा कोल सहायता मंगन लई जाता है, पर वह इनकार कर दिंदा है। ਉਹ ਨਿਰਾਸ਼ ਹੋ ਕੇ ਆਪਣੇ ਘਰ ਵੱਲ ਤੁਰ ਪੈਂਦਾ ਹੈ। ਰਸਤੇ ਵਿੱਚ ਉਹ ਇੱਕ ਚਿੜੀ ਦੇ ਬੱਚੇ ਦੀ ਮਦਦ ਕਰਦਾ ਹੈ ਅਤੇ ਇਹ ਚਿੜੀ ਦਾ ਬੱਚਾ ਵੀ ਧੰਨਵਾਦ ਦੇ ਤੌਰ 'ਤੇ ਉਸਦੀ ਝੌਂਪੜੀ ਦੇ ਦੁਆਲੇ ਇੱਕ ਚੱਕਰ ਲਗਾ ਕੇ ਜ਼ਮੀਨ ਉੱਤੇ ਇੱਕ ਖਰਬੂਜ਼ੇ ਦਾ ਬੀਜ ਸੁੱਟਦੀ ਹੈ। ਜਦੋਂ ਉਸ ਉੱਤੇ ਲੱਗੇ ਖਰਬੂਜ਼ੇ ਨੂੰ ਵਿਚਕਾਰੋਂ ਕੱਟਿਆ ਤਾਂ ਉਸ ਵਿੱਚੋਂ ਸੋਨੇ ਦੇ ਸਿੱਕੇ ਨਿਕਲਦੇ ਹਨ। ਇਸ ਤਰ੍ਹਾਂ ਕਿਸਾਨ ਦਾ ਛੋਟਾ ਪੁੱਤਰ ਅਮੀਰ ਹੋ ਜਾਂਦਾ ਹੈ, ਪਰ ਵੱਡਾ ਪੁੱਤਰ ਵੀ ਈਰਖਾ ਵਿੱਚ ਆ ਕੇ ਚਿੜੀ ਨੂੰ ਲੱਭ ਕੇ ਫੜ ਲੈਂਦਾ ਹੈ ਅਤੇ ਉਸਨੂੰ ਧਮਕੀ ਦਿੰਦਿਆਂ ਹੋਇਆ ਅਮੀਰ ਬਣਾਉਣ ਲਈ ਕਹਿੰਦਾ ਹੈ। ਇਸ ਤਰ੍ਹਾਂ ਚਿੜੀ ਉਸਦੇ ਘਰ ਉੱਪਰ 3 ਚੱਕਰ ਲਗਾ ਕੇ ਇੱਕ ਬੀਜ ਸੁੱਟਦੀ ਹੈ, ਪਰੰਤੂ ਉਸਦੀ ਵੇਲ ਉੱਤੇ ਲੱਗੇ ਖਰਬੂਜ਼ਿਆਂ ਨੂੰ ਕੱਟਣ 'ਤੇ ਉਸ ਵਿੱਚੋਂ ਸਿਪਾਹੀ, ਫੁੰਕਾਰੇ ਮਾਰਦੇ ਸੱਪ ਅਤੇ ਕੀੜੇ ਮਕੌੜੇ ਨਿਕਲਦੇ ਹਨ, ਜੋ ਉਸਦਾ ਘਰ ਤਬਾਹ ਕਰ ਦਿੰਦੇ ਹਨ। ਇਸ ਤਰ੍ਹਾਂ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ ਅਤੇ ਉਹ ਰੱਬ ਅੱਗੇ ਆਪਣੇ ਗੁਨਾਹਾਂ ਦੀ ਮਾਫ਼ੀ ਮੰਗਦਾ ਹੈ। ਇੱਕ ਦਿਨ ਛੋਟਾ ਭਰਾ ਆਪਣੇ ਵੱਡੇ ਭਰਾ ਨੂੰ ਘਰ ਘਰ ਰੋਟੀ ਮੰਗਦਾ ਵੇਖਦਾ ਹੈ ਤਾਂ ਉਸਨੂੰ ਆਵਾਜ਼ ਮਾਰ ਕੇ ਜੱਫੀ ਪਾ ਲੈਂਦਾ ਹੈ। ਇਸ ਤਰ੍ਹਾਂ ਬੱਚਿਓ, ਵੱਡੇ ਭਰਾ ਨੂੰ ਆਪਣੇ ਕਰਮਾਂ ਦਾ ਫਲ ਭੁਗਤਣਾ ਪੈਂਦਾ ਹੈ। ਇਹ ਸਾਡੀ ਕਹਾਣੀ ਜੋ ਬੀਜੋਗੇ ਉਹੀ ਪਾਓਗੇ ਦਾ ਸਾਰ ਸੀ। ਹੁਣ ਅਸੀਂ ਇਸ ਕਹਾਣੀ ਦੇ ਪਹਿਲਾਂ ਔਖੇ ਸ਼ਬਦਾਂ ਦੇ ਅਰਥ ਲਿਖਾਂਗੇ। ਸਾਰੇ ਬੱਚੇ ਆਪਣੀ ਬੁੱਕਸ 'ਤੇ ਪੰਨਾ ਨੰਬਰ 33 ਨਿਕਾਲੋ। ਹਾਂਜੀ ਬੱਚਿਓ, ਫਸਟ ਵਰਡ ਇਜ਼ ਮਿਹਨਤੀ, ਇਸਦਾ ਅਰਥ ਹੈ ਕਿਰਤੀ, ਐਂਡ ਇੰਗਲਿਸ਼ ਮੀਨਿੰਗ ਹਾਰਡ ਵਰਕਿੰਗ। ਨੈਕਸਟ ਵਰਡ ਨਰਮ ਦਿਲ, ਇਸਦਾ ਅਰਥ ਹੈ ਕੋਮਲ ਹਿਰਦਾ, ਐਂਡ ਇੰਗਲਿਸ਼ ਮੀਨਿੰਗ ਸੋਫਟ ਹਾਰਟਡ। ਨੈਕਸਟ ਵਰਡ ਕਮੰਡੀ, ਇਸਦਾ ਅਰਥ ਹੈ ਹੰਕਾਰੀ, ਐਂਡ ਇੰਗਲਿਸ਼ ਮੀਨਿੰਗ ਹੌਟੀ। ਐਂਡ ਨੈਕਸਟ ਵਰਡ ਅਪਮਾਨ ਕਰਦਾ, ਇੱਕ ਫਰੇਜ਼ ਹੈ ਬੇਇੱਜ਼ਤੀ ਕਰਦਾ, ਇੰਗਲਿਸ਼ ਮੀਨਿੰਗ ਟੂ ਇਨਸਲਟ। ਨੈਕਸਟ ਵਰਡ ਪੂਰਾ ਧਿਆਨ ਨਾ ਦੇਣਾ, ਇਹ ਵੀ ਇੱਕ ਫਰੇਜ਼ ਹੈ, ਇਸਦਾ ਅਰਥ ਹੈ ਰਤਾ ਧਿਆਨ ਨਾ ਦੇਣਾ, ਐਂਡ ਇੰਗਲਿਸ਼ ਮੀਨਿੰਗ ਜਸਟ ਇਗਨੋਰ। ਹਾਂਜੀ ਬੱਚਿਓ, ਨੈਕਸਟ ਵਰਡ ਜੋ ਬੀਜੋਗੇ ਉਹੀ ਪਾਓਗੇ, ਇਸਦਾ ਅਰਥ ਹੈ ਜਿਹੋ ਜਿਹੇ ਕਰਮ ਕਰਾਂਗੇ ਉਹ ਜਿਹਾ ਹੀ ਫਲ ਮਿਲੇਗਾ। ਇਸਦਾ ਇੰਗਲਿਸ਼ ਮੀਨਿੰਗ ਹੈ ਯੂ ਵਿਲ ਰੀਪ ਵਟ ਯੂ ਸੋ। ਐਂਡ ਨੈਕਸਟ ਵਰਡ ਮਜ਼ਾਕ ਵਿੱਚ ਉਡਾਉਣਾ,
ਇਸ ਦਾ ਅਰਥ ਹੈ ਮਖੌਲ ਉਡਾਉਣਾ, ਇਹ ਵੀ ਇੱਕ ਫਰੇਜ਼ ਹੈ, ਮੇਕਿੰਗ ਫਨ ਆਫ। ਨੈਕਸਟ ਵਰਡ ਇਜ਼ ਏਕੇ ਵਿੱਚ ਹੀ ਬਰਕਤ, ਇਸ ਦਾ ਅਰਥ ਹੈ ਏਕਤਾ ਵਿੱਚ ਬਲ। ਇੰਗਲਿਸ਼ ਮੀਨਿੰਗ ਯੂਨਿਟੀ ਇਜ਼ ਸਟਰੈਂਥ। ਨੈਕਸਟ ਵਰਡ ਰਲ ਮਿਲ ਕੇ, ਇਸ ਦਾ ਅਰਥ ਹੈ ਮਿਲ ਜੁਲ ਕੇ, ਕੋਆਪਰੇਸ਼ਨ। ਨੈਕਸਟ ਵਰਡ ਸੰਸਕਾਰ, ਇਸ ਦਾ ਅਰਥ ਹੈ ਦਾ ਸੰਸਕਾਰ, ਇਸ ਦਾ ਇੰਗਲਿਸ਼ ਮੀਨਿੰਗ ਹੈ ਫਿਊਨੈਰਲ। ਐਂਡ ਨੈਕਸਟ ਵਰਡ ਦਿਨ ਰਾਤ ਮਿਹਨਤ ਕਰਨਾ, ਇਹ ਵੀ ਇੱਕ ਫਰੇਜ਼ ਹੈ, ਬਹੁਤ ਮਿਹਨਤ ਕਰਨਾ, ਇੰਗਲਿਸ਼ ਮੀਨਿੰਗ ਟੁਆਇਲ। ਨੈਕਸਟ ਵਰਡ ਝੋਨੇ ਦੀ ਖੇਤੀ, ਇਸ ਦਾ ਅਰਥ ਹੈ ਚੌਲਾਂ ਦੀ ਫਸਲ, ਇੰਗਲਿਸ਼ ਮੀਨਿੰਗ ਰਾਈਸ ਕਰੋਪ। ਐਂਡ ਨੈਕਸਟ ਵਰਡ ਝੌਂਪੜੀ, ਇਸ ਦਾ ਅਰਥ ਹੈ ਝੁੱਗੀ, ਐਂਡ ਇੰਗਲਿਸ਼ ਮੀਨਿੰਗ ਹੱਟ। ਨੈਕਸਟ ਵਰਡ ਧਨ ਕਮਾ ਲਿਆ, ਇਹ ਵੀ ਇੱਕ ਫਰੇਜ਼ ਹੈ, ਇਸ ਦਾ ਅਰਥ ਹੈ ਪੈਸਾ ਕਮਾ ਲਿਆ, ਇੰਗਲਿਸ਼ ਮੀਨਿੰਗ ਮੇਕ ਮਨੀ। ਨੈਕਸਟ ਵਰਡ ਬਾਰਿਸ਼, ਇਸ ਦਾ ਅਰਥ ਹੈ ਵਰਖਾ, ਔਰ ਇੰਗਲਿਸ਼ ਮੀਨਿੰਗ ਰੇਨ। ਨੈਕਸਟ ਵਰਡ ਤੜਫਣ ਲੱਗਾ, ਇਹ ਵੀ ਇੱਕ ਫਰੇਜ਼ ਹੈ, ਇਸ ਦਾ ਅਰਥ ਹੈ ਪਰੇਸ਼ਾਨ ਹੋਣਾ, ਇੰਗਲਿਸ਼ ਮੀਨਿੰਗ ਸਫਰਿੰਗ। ਨੈਕਸਟ ਵਰਡ ਮਦਦ ਕਰਨਾ, ਇਸ ਦਾ ਅਰਥ ਹੈ ਸਹਾਇਤਾ ਕਰਨਾ, ਇੰਗਲਿਸ਼ ਮੀਨਿੰਗ ਟੂ ਹੈਲਪ। ਨੈਕਸਟ ਵਰਡ ਇਨਕਾਰ ਕਰ ਦੇ, ਇਸ ਦਾ ਅਰਥ ਹੈ ਮਨਾ ਕਰਨਾ, ਐਂਡ ਇੰਗਲਿਸ਼ ਮੀਨਿੰਗ ਰਿਫਿਊਜ਼। ਹੁਣ ਨੈਕਸਟ ਪੇਜ ਬੱਚਿਓ, ਹਾਂਜੀ, ਫਸਟ ਵਰਡ ਨਿਰਾਸ਼ ਹੋਣਾ, ਇਸ ਦਾ ਅਰਥ ਹੈ ਉਦਾਸ ਹੋਣਾ, ਇੰਗਲਿਸ਼ ਮੀਨਿੰਗ ਟੂ ਬੀ ਡਿਪਰੈਸਡ। ਨੈਕਸਟ ਵਰਡ ਯਤਨ ਕਰਨਾ, ਇਸ ਦਾ ਅਰਥ ਹੈ ਕੋਸ਼ਿਸ਼ ਕਰਨਾ, ਇੰਗਲਿਸ਼ ਮੀਨਿੰਗ ਟੂ ਟਰਾਈ। ਨੈਕਸਟ ਵਰਡ ਉਡੀਕ ਕਰਨਾ, ਇਸ ਦਾ ਅਰਥ ਹੈ ਇੰਤਜ਼ਾਰ ਕਰਨਾ, ਐਂਡ ਇੰਗਲਿਸ਼ ਮੀਨਿੰਗ ਵੇਟਿੰਗ। ਨੈਕਸਟ ਵਰਡ ਕਿਤੋਂ ਨਾ ਕਿਤੋਂ, ਇਸ ਦਾ ਅਰਥ ਹੈ ਕਿਸੇ ਨਾ ਕਿਸੇ ਜਗ੍ਹਾ ਤੋਂ, ਐਂਡ ਇੰਗਲਿਸ਼ ਮੀਨਿੰਗ ਫਰੋਮ ਸਮਵੇਅਰ। ਹੁਣ ਬੱਚਿਓ ਅਸੀਂ ਇਸ ਚੈਪਟਰ ਦੀ ਰੀਡਿੰਗ ਸਟਾਰਟ ਕਰਾਂਗੇ। ਬਹੁਤ ਸਮਾਂ ਪਹਿਲਾਂ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਕਿਸਾਨ ਆਪਣੇ ਦੋ ਪੁੱਤਰਾਂ ਨਾਲ ਰਹਿੰਦਾ ਸੀ। ਕਿਸਾਨ ਦਾ ਛੋਟਾ ਮੁੰਡਾ ਬਹੁਤ ਹੀ ਮਿਹਨਤੀ ਅਤੇ ਨਰਮ ਦਿਲ ਸੀ ਅਤੇ ਵੱਡਾ ਮੁੰਡਾ ਬਹੁਤ ਘਮੰਡੀ ਸੀ। ਵੱਡਾ ਮੁੰਡਾ ਹਰ ਵੇਲੇ ਆਪਣੇ ਛੋਟੇ ਭਰਾ ਦਾ ਅਪਮਾਨ ਕਰਦਾ ਅਤੇ ਬੁੱਢੇ ਪਿਓ ਵੱਲ ਵੀ ਪੂਰਾ ਧਿਆਨ ਨਹੀਂ ਦਿੰਦਾ ਸੀ। ਹਰ ਰਾਤ ਭੋਜਨ ਕਰਨ ਤੋਂ ਬਾਅਦ ਕਿਸਾਨ ਪੁੱਤਰਾਂ ਨੂੰ ਆਖਦਾ, ਬੱਚਿਓ ਯਾਦ ਰੱਖੋ, ਤੁਸੀਂ ਜੋ ਬੀਜੋਗੇ ਉਹੀ ਪਾਓਗੇ। ਛੋਟਾ ਪੁੱਤਰ ਧਿਆਨ ਨਾਲ ਆਪਣੇ ਪਿਤਾ ਦੀ ਗੱਲ ਸੁਣਦਾ ਪਰ ਵੱਡਾ ਗੱਲ ਨੂੰ ਮਜ਼ਾਕ ਵਿੱਚ ਉਡਾ ਦਿੰਦਾ। ਕੁਝ ਦਿਨ ਬਾਅਦ ਕਿਸਾਨ ਬਿਮਾਰ ਹੋ ਗਿਆ। ਉਸਨੇ ਪੁੱਤਰਾਂ ਨੂੰ ਕੋਲ ਬੁਲਾ ਕੇ ਆਖਿਆ, ਪੁੱਤਰੋ ਇੱਕੇ ਵਿੱਚ ਹੀ ਬਰਕਤ ਹੁੰਦੀ ਹੈ, ਇਹ ਜ਼ਮੀਨ ਤੁਹਾਡੇ ਦੋਹਾਂ ਦੀ ਹੈ, ਰਲ ਮਿਲ ਕੇ ਕੰਮ ਕਰੋ। ਇੰਨਾ ਕਹਿ ਕੇ ਕਿਸਾਨ ਮਰ ਗਿਆ। ਪਿਤਾ ਦੇ ਸੰਸਕਾਰ ਮਗਰੋਂ ਵੱਡੇ ਭਰਾ ਨੇ ਛੋਟੇ ਭਰਾ ਨੂੰ ਘਰੋਂ ਬਾਹਰ ਕੱਢ ਦਿੱਤਾ। ਛੋਟੇ ਭਰਾ ਕੋਲ ਉਸ ਸਮੇਂ ਕੁਝ ਵੀ ਨਹੀਂ ਸੀ। ਦਿਨ ਰਾਤ ਮਿਹਨਤ ਕਰਦੇ ਉਸਨੇ ਪਿੰਡ ਤੋਂ ਦੂਰ ਥੋੜ੍ਹੀ ਜਿਹੀ ਜ਼ਮੀਨ ਖਰੀਦ ਲਈ। ਉਸਨੇ ਉੱਥੇ ਝੋਨੇ ਦੀ ਖੇਤੀ ਸ਼ੁਰੂ ਕਰ ਦਿੱਤੀ ਅਤੇ ਝੌਂਪੜੀ ਬਣਾ ਕੇ ਰਹਿਣ ਲੱਗਾ। ਆਪਣੀ ਮਿਹਨਤ ਨਾਲ ਉਸਨੇ ਚੰਗਾ ਧਨ ਕਮਾ ਲਿਆ ਅਤੇ ਵਿਆਹ ਕਰਵਾ ਕੇ ਪਰਿਵਾਰ ਵਾਲਾ ਬਣ ਗਿਆ। ਇੱਕ ਸਾਲ ਬਾਰਿਸ਼ ਨਾ ਹੋਈ ਅਤੇ ਉਸਦੀ ਝੋਨੇ ਦੀ ਫਸਲ ਮਰ ਗਈ। ਉਸਦਾ ਪਰਿਵਾਰ ਭੁੱਖ ਨਾਲ ਤੜਫਣ ਲੱਗਾ। ਉਹ ਆਪਣੇ ਅਮੀਰ ਭਰਾ ਕੋਲੋਂ ਸਹਾਇਤਾ ਮੰਗਣ ਲਈ ਗਿਆ ਪਰ ਵੱਡੇ ਭਰਾ ਨੇ ਮਦਦ ਕਰਨ ਤੋਂ ਇਨਕਾਰ ਕਰਦੇ ਹੋਏ ਉਸਨੂੰ ਬਾਹਰ ਕੱਢ ਦਿੱਤਾ। ਹਾਂਜੀ ਬੱਚਿਓ, ਇਸ ਪੈਰੇ ਵਿੱਚ ਦੱਸਿਆ ਹੈ ਕਿ ਇੱਕ ਕਿਸਾਨ ਸਾਰੀ ਉਮਰ ਆਪਣੇ ਪੁੱਤਰਾਂ ਨੂੰ ਚੰਗੀ ਸਿੱਖਿਆ ਦਿੰਦਾ ਹੈ ਅਤੇ ਆਪਣੇ ਮੁੰਡਿਆਂ ਨੂੰ ਅੰਤਮ ਸਮੇਂ ਵਿੱਚ ਵੀ ਆਪਣੇ
ਰਲ ਮਿਲ ਕੇ ਰਹਿਣ ਦੇ ਲਈ ਸਲਾਹ ਦਿੰਦਾ ਹੈ। ਪਰੰਤੂ ਵੱਡਾ ਪੁੱਤਰ ਹੰਕਾਰੀ ਹੋਣ ਕਾਰਨ ਆਪਣੇ ਪਿਤਾ ਦੀਆਂ ਸਿੱਖਿਆਵਾਂ ਉੱਤੇ ਕੋਈ ਅਮਲ ਨਹੀਂ ਕਰਦਾ ਅਤੇ ਆਪਣੇ ਛੋਟੇ ਭਰਾ ਨੂੰ ਘਰ ਤੋਂ ਬਾਹਰ ਕਰ ਦਿੰਦਾ ਹੈ। ਉੱਧਰ ਛੋਟਾ ਪੁੱਤਰ ਆਪਣੀ ਮਿਹਨਤ ਸਦਕਾ ਚੰਗਾ ਧਨ ਕਮਾ ਲੈਂਦਾ ਹੈ। ਪਰੰਤੂ ਇੱਕ ਸਾਲ ਵਰਖਾ ਨਾ ਹੋਣ ਕਾਰਨ ਉਸਦੀ ਝੋਨੇ ਦੀ ਫਸਲ ਮਰ ਜਾਂਦੀ ਹੈ, ਜਿਸ ਕਾਰਨ ਉਸਦਾ ਪਰਿਵਾਰ ਭੁੱਖ ਨਾਲ ਤੜਫਣ ਲੱਗਦਾ ਹੈ। ਤਾਂ ਉਹ ਆਪਣੇ ਵੱਡੇ ਭਰਾ ਕੋਲ ਸਹਾਇਤਾ ਮੰਗਣ ਲਈ ਜਾਂਦਾ ਹੈ, ਪਰ ਉਹ ਇਨਕਾਰ ਕਰ ਦਿੰਦਾ ਹੈ। ਹਾਂਜੀ ਬੱਚਿਓ, ਨੈਕਸਟ ਪੇਜ। ਨਿਰਾਸ਼ ਹੋ ਕੇ ਉਹ ਆਪਣੇ ਘਰ ਵੱਲ ਤੁਰ ਪਿਆ। ਜਿਉਂ ਹੀ ਪਿੰਡ ਤੋਂ ਬਾਹਰ ਨਿਕਲਿਆ, ਉਸਨੇ ਦਰੱਖਤ ਤੋਂ ਆਉਂਦੀ ਇੱਕ ਆਵਾਜ਼ ਸੁਣੀ। ਇੱਕ ਸੱਪ ਚਿੜੀ ਦੇ ਬੱਚੇ ਨੂੰ ਥੱਲੇ ਸੁੱਟ ਰਿਹਾ ਸੀ। ਚਿੜੀ ਦਾ ਬੱਚਾ ਸੱਪ ਤੋਂ ਬਚਣ ਦਾ ਯਤਨ ਕਰ ਰਿਹਾ ਸੀ, ਪਰ ਜ਼ਿਆਦਾ ਛੋਟਾ ਹੋਣ ਕਰਕੇ ਉਹ ਉੱਡ ਨਾ ਸਕਿਆ ਅਤੇ ਜ਼ਮੀਨ ਉੱਤੇ ਡਿੱਗ ਪਿਆ। ਉਹ ਚਿੜੀ ਦੇ ਬੱਚੇ ਨੂੰ ਚੁੱਕ ਕੇ ਸੱਪ ਦੇ ਜਾਣ ਦੀ ਉਡੀਕ ਕਰਨ ਲੱਗਾ। ਥੋੜ੍ਹੀ ਦੇਰ ਬਾਅਦ ਜਦੋਂ ਸੱਪ ਚਲਾ ਗਿਆ ਤਾਂ ਉਹ ਬੱਚੇ ਨੂੰ ਉਸਦੇ ਆਲਣੇ ਵਿੱਚ ਰੱਖ ਕੇ ਆਪਣੇ ਘਰ ਚਲਾ ਗਿਆ। ਉਹ ਆਪ ਭੁੱਖਾ ਰਹਿ ਕੇ ਆਪਣੇ ਪਰਿਵਾਰ ਨੂੰ ਕਿਤੋਂ ਨਾ ਕਿਤੋਂ ਕੁਝ ਲਿਆ ਕੇ ਖਵਾਉਂਦਾ। ਹਾਂਜੀ ਬੱਚਿਓ, ਇਸ ਪੈਰੇ ਵਿੱਚ ਦੱਸਿਆ ਹੈ ਕਿ ਜਦੋਂ ਛੋਟਾ ਭਰਾ ਆਪਣੇ ਵੱਡੇ ਭਰਾ ਕੋਲ ਸਹਾਇਤਾ ਮੰਗਣ ਜਾਂਦਾ ਹੈ ਤਾਂ ਉਹ ਉਸਦੇ ਇਨਕਾਰ ਕਰਨ 'ਤੇ ਉਦਾਸ ਹੋਇਆ ਆਪਣੇ ਘਰ ਵੱਲ ਨੂੰ ਤੁਰ ਪੈਂਦਾ ਹੈ। ਤਾਂ ਉਸ ਸਮੇਂ ਉਹ ਚਿੜੀ ਦੇ ਛੋਟੇ ਬੱਚੇ ਨੂੰ ਸੱਪ ਤੋਂ ਬਚਾਉਂਦਾ ਹੋਇਆ ਆਲਣੇ ਵਿੱਚ ਸਹੀ ਸਲਾਮਤ ਰੱਖ ਦਿੰਦਾ ਹੈ ਅਤੇ ਉਹ ਆਪ ਭੁੱਖਾ ਰਹਿ ਕੇ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ। ਹਾਂਜੀ ਬੱਚਿਓ, ਬਾਕੀ ਚੈਪਟਰ ਦੀ ਰੀਡਿੰਗ ਅਸੀਂ ਕੱਲ੍ਹ ਕਰਾਂਗੇ। ਤੁਸੀਂ ਸਾਰੇ ਬੱਚਿਆਂ ਨੇ ਇਸ ਕਹਾਣੀ ਨੂੰ ਰੀਡ ਕਰਨਾ ਹੈ ਅਤੇ ਔਖੇ ਸ਼ਬਦਾਂ ਦੇ ਅਰਥ ਪੈਨਸਿਲ ਨਾਲ ਬੁੱਕ ਉੱਪਰ ਲਿਖਣੇ ਹਨ। ਓਕੇ ਬੇਟਾ, ਥੈਂਕ ਯੂ।